ਹਾਂਜੀ ਸਤਿ ਅਲਮੁਸਾਲੇਕ ਸਭ ਨੂੰ ਤੁਸੀਂ ਦੇਖ ਰਹੇ ਹੋ এবੀਜੀ ਪੰਜਾਬੀ ਲੋ ਜਿਵੇਂ ਵੀਡੀਓ ਲੈ ਕੇ ਆਏ ਤੁਹਾਡੇ ਲਈ ਜਿਹਦੇ ਵਿੱਚ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਟੀਐਫਆਰ ਕੀ ਹੈ ਟੀਐਫਆਰ ਨੂੰ ਕਹਿੰਦੇ ਨੇ ਟ੍ਰਟਮੈਂਟ ਦੀ ਫਾਈਨਲ ਰਿਪੋਰਟ ਇਹ ਕਿੰਨੇ ਪੈਸੇ ਆਉਂਦੇ ਨੇ ਮੰਥਲੀ ਕਿੰਨੇ ਆਉਂਦੇ ਨੇ ਈਅਰਲੀ ਕਿਤਨੇ ਆਉਂਦੇ ਨੇ ਤੇ ਇੱਕੀਵੇਂ ਕਾਲ ਕਲੋ ਕਰਨਾ ਹੁੰਦਾ ਹੈ ਇਹਦਾ ਇਹ ਸਾਰਾ ਕੁਝ ਤੁਹਾਨੂੰ ਮਿਲੇਗਾ ਇਸ ਵੀਡੀਓ ਜਗਤ ਦੇ ਪਹਿਲੇ ਜਿਹਨਾਂ ਹੋਏ ਅਚਨ ਸਤਿਕਾਰ ਵੀਡੀਓ ਲਾਈਕ ਕਰੋ ਵੀਡੀਓ ਬាទ ਬាទ ਸ਼ੇਅਰ ਕਰੋਗੇ ਬਾਕੀ ਦੀ ਵੀ ਹੈਲਪ ਹੋ ਸਕੇ ਔਰ ਮੈਂ ਇਹ ਤੇ ਦੱਸਾਂਗਾ ਤੁਹਾਨੂੰ ਬੁੱਸਤੇ ਪਾਕੇ ਦੇ ਵਿੱਚ ਕਿੱਥੇ ਹੁੰਦੇ ਤੁਹਾਡੇ ਲਿਖਿਆ ਹੁੰਦੀ ਹੈ ਫਾਰੂਕ ਉੱਤੇ ਵੀ ਕਿੱਥੇ ਲਿਖਿਆ ਹੁੰਦਾ ਤੇ ਸਭ ਤੋਂ ਪਹਿਲੇ ਅਸੀਂ ਦੇਖਣਾ ਚਾਹੀਦੀ ਸਾਡੀ ਐਨਿਉਅਲੀ ਜਿਹੜੀ ਸਾਲ ਦੀ ਜਿਹੜੀ ਸੈਲਰੀ ਹੈ ਉਹ ਕਿੰਨੀ ਬਣਦੀ ਹੈ ਇਹਦੇ ਵਿੱਚ ਤੁਸੀਂ ਐਡ ਕਰਨੀ ਹੈ ਜਿਸ ਕਿਸੇ ਨੂੰ 13ਵੀਂ ਤਨਖਾਹ ਮਿਲਦੀ ਹੈ 13ਵੀਂ ਵੀ ਐਡ ਕਰੋ 14ਵੀਂ ਮਿਲਦੀ ਹੈ 14ਵੀਂ ਵੀ ਐਡ ਕਰੋ 5ਵੀਂ ਮਿਲਦੀ ਹੈ ਪਤਨੀ ਵੀ ਐਡ ਕਰੋ ਜਿੱਦੀਆਂ ਤੌਣਾ ਤੇਰੀਆਂ 13 14 ਜਿੱਦਾਂ ਮਤਰਾ ਸੈਲਰੀਜ਼ ਨੇ ਉਹ ਸਾਰੀਆਂ ਐਡ ਕਰਕੇ ਟੋਟਲ ਸੈਲਰੀ ਤੁਹਾਡੀ ਸਾਲ ਦੀ ਕਿੰਨੀ ਬਣ ਗਈ ਮੰਨ ਲਓ ਤੁਹਾਡੀ ਬਣ ਗਈ ਹੈ 20000 940 ਇਨੂੰ ਤੁਸੀਂ ਤਕਸੀਮ ਕਰਨਾ ਹੈ 13 ਦੁੱਤਾ ਹੈ ਬਸ ਇਤਨੀ ਕੰਮ ਹੈ ਜਿੰਨੀ ਵੀ ਤੁਹਾਡੀ ਸੈਲਰੀ ਮੁਕਮਲ ਬਣੇਗੀ 15000 20000 25000 ਜਿੰਨੀ ਵੀ ਸੈਲਰੀ ਹੈ ਜਾਂ ਮੰਨ ਲਓ 20940 ਉਹਨੂੰ ਤਕਸੀਮ ਕਰੋ 13 ਛਰੀ ਪੈ 13 ਛਰੀ ਵਿੱਚ ਜਹਾ ਦਿੱਤੇ ਤੇ ਉਹਦੇ ਨਾਲ ਤੁਹਾਡਾ ਪੀਐਫਰ ਨਿਕਲ ਆਵੇਗਾ ਜਿਵੇਂ ਕਿ ਇੱਥੇੋਂ টিਐਫਆਰ ਨਿਕਲ ਰਿਹਾ ਹੈ ਜੇ 20940 ਹੋਵੇ ਤੇ টিਐਫਆਰ 1500 51.11 ਇਹਦੇ ਵਿੱਚ 100 ਦੀ ਰੀਵੋਲੂਟਸਿਓਨ ਐਨਵਾਲੇ 2% ਐਡ ਹੋਵੇਗਾ ਜਿਸ ਦੇ ਵਿੱਚ 32.57 ਸੈਂਡ ਐਡ ਹੋਣਗੇ ਟੋਟਲ ਤੁਹਾਡਾ ਟੀਐਫਆਰ ਜਿਹੜਾ ਸ਼ੁਰੂ ਹੋ ਜਾਂਦਾ ਹੈ 1583 ਜੇ 2040 ਤਨਹਾ ਹੋਵੇ ਤੇ ਕਿੰਨਾ ਹੋ ਗਿਆ 1500 1583.68 ਇਸੇ ਤਰ੍ਹਾਂ ਜੇ ਅਗਲੇ ਸਾਲ ਦਾ ਫਿਰ ਕਿਵੇਂ ਐਡ ਕਰਾਂਗੇ ਅਗਲੇ ਸਾਲ ਵੀ ਮੰਨ ਲਓ ਇਤਨੀ ਜਨ ਸੈਲਰੀ ਸੀ 2040 ਅਗਲੇ ਸਾਲ ਵੀ ਅਸੀਂ ਐਡ ਕਰਾਂਗੇ ਜਿਵੇਂ ਕਿ ਹੁਣ ਤੇ 2020 ਚੱਲ ਰਿਹਾ ਨਾ ਇਹ 2018 ਤੋਂ 19 ਦਾ ਦੱਸ ਰਹੇ ਨੇ ਤੇ 2020 ਦੇ ਵਿੱਚ ਵੀ ਇਤਨੀ ਸੈਲਰੀ ਸੀ ਤੁਹਾਡੀ ٹی ایف ਆਰ ਬਣ ਗਿਆ 2020 ਦਾ 1551.11 ਵਿੱਚ ਐਡ ਕਰਨਾ ਪਿਛਲੇ ਸਾਲ ਦਾ ਜਿਹੜਾ ਕਿ 1583.68 ਹੈ ਟੋਟਲ ਬਣੇਗਾ 3059.79 ਜਿਹਦੇ ਵਿੱਚ ਇਹ ਤਾਸਾ ਦੀ ਰਿਬਲ ਟੈਸ਼ਨ ਨੇ ਇਹਨਾਂ ਵਾਰੇ ਇਹ ਐਡ ਕਰਾਂਗੇ ਤਾਂ ਟੋਟਲ 6800 680 ਹੋ ਤੇ ਟੋਟਲ ਹੋ ਜਾਏਗਾ ਤੁਹਾਡਾ 3100 18 ਯੂਰੋ 41 ਸੈਂਟ ਇਸ ਤਰ੍ਹਾਂ ਤੁਸੀਂ ਡੀਜ਼ਰ 20 ਦਾ ਵੀ ਐਡ ਕਰਨਾ ਹੈ ਜਿਹੜਾ ਐਡ ਹੋਇਆ ਔਰ 21 ਦਾ ਇਸ ਤਰ੍ਹਾਂ ਹੀ ਵੀ ਐਡ ਕਰ ਦਿਆ ਜਾਣਾ ਹੈ ਇਹ ਤੁਹਾਡੇ ਨਹੀਂ ਕਿਲੇਗਾ ਵੀ ਤੁਹਾਡਾ ਟੀਐਫਆਰ ਬਣਦਾ ਕਿਤਨੇ ਹੈ ਯਾਨੀ ਕਿ ਤੁਹਾਡੀ ਇਤਨੀ 2 ਸਾਲ ਦੀ ਜਿਵੇਂ ਕਿ ਇੱਥੇ ਨਜ਼ਰ ਆ ਰਿਹਾ ਹੈ ਇਹ 2 ਸਾਲ ਜਿਹੜੇ ਨੇ ਐਸੇ ਇੱਥੇ ਨਜ਼ਰ ਆ ਰਹੇ 3118 ਜੇ ਇਹ ਬੰਦੇ ਕਦ ਲੈ ਸਕਦੇ ਟੀਐਫਆਰ ਟੀਐਫਆਰ ਜੇ ਤੁਸੀਂ ਅੰਤ ਵਿੱਚ ਪਤਾ ਲਾਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਲਵੋਗੇ 8 ਸਾਲ ਬਾਅਦ ਥਿਊਰੀਕਲੀ 8 ਸਾਲ ਬਾਅਦ ਹੈ ਲੇਕਿਨ ਜੇ ਮਾਲਿਕ ਚੰਗਾ ਹੋਵੇ ਨਾ ਜੇ ਮੌਕਾ ਨਾ ਹੋ ਸਾਨੂੰ ਤੁਸੀਂ ਆਪਣੀ ਪ੍ਰੋਬਲਮ ਦੱਸੋ ਉਹਨੂੰ ਦੱਸੋ ਪੈਰਿਸਨ ਲੋਡਰ ਕਿਈ ਮਾਲਕ ਨਾਲ ਦੇ ਨਾਲ ਵੀ ਦੇਈ ਜਾਂਦੇ ਨੇ ਕਿਈ ਮਾਲਕ ਜਿਹੜੇ ਨੇ ਉਹਨਾਂ ਨੂੰ ਪੁੱਛੋ ਤਾਂ ਫੇਰ ਵੀ ਦੇ ਸੜਦੇ ਨੇ ਕਿਉਂਕਿ ਮਾਲਕ ਨੇ ਐਂਡ ਤੇ ਵੀ ਦੇਣਾ ਹੀ ਹੁੰਦੇ ਨੇ ਇਹ ਪੈਸੇ ਯਾਨੀ ਕਿ ਮਾਲਕ ਨੇ ਦੇਣੇ ਨਹੀਂ ਹੈ ਦੇਣੇ ਹਨ ਪੈਸੇ ਮਾਲਕ ਨੇ ਤੇ ਮਾਲਕ ਜੀ ਅੱਛਾ ਹੋਵੇ ਤਾਂ ਨਾਲ ਦੇ ਨਾਲ ਵੀ ਦੇ ਸੜਦਾ ਹੈ ਜਦ ਮੰਗੋ ਦੇ ਕੋਲ ਦੇ ਸੜਦਾ ਹੈ ਆਦਰਵਾਇਜ਼ 8 ਸਾਲ ਤੋਂ ਬਾਅਦ ਤੁਸੀਂ ਆ ਕੇ ਰੱਖਦੇ ਹੋ ਤੁਸੀਂ ਤੁਸੀਂ ਮਾਲਕ ਨੂੰ ਰਿਕਵੈਸਟਾ ਕਰੋਗੇ ਮਾਲਕ ਤੁਹਾਡਾ 1 ਸਾਲ ਦੇ ਵਿੱਚ 4% ਜਿਹੜੇ ਬੰਦਿਆਂ ਨੂੰ ਉਹ ٹی ਐਫ ਆਰ ਦਿੰਦਾ ਹੈ। ٹی ਐਫ ਆਰ ਮਿਲਦਾ ਕਿੰਨਾ ਹੈ 70% ਮਿਲਦਾ ਹੈ। ਮੰਨ ਲਓ ਤੁਹਾਡੇ 10000 ਯੂਰੋ ٹی ਐਫ ਆਰ ਬਣਿਆ ਹੋਇਆ ਹੈ ਤੇ ਵਿੱਚੋਂ 7000 ਯੂਰੋ ਤੁਹਾਨੂੰ ਦੇਣਗੇ ਟੈਕਸ ਕੱਟ ਕੇ। ਟੈਕਸ ਜਿਹੜਾ ਕੱਟ ਹੋਵੇਗਾ ਉਹ 25 ਤੋਂ 27% ਦੇ ਆਰਗੇਟ ਕੱਟ ਹੁੰਦਾ ਹੈ। ਤੇ ٹی ਐਫ ਆਰ ਮਿਲੇਗਾ ਜੇ ਤੁਸੀਂ ਦੱਸੋਗੇ ਮੰਨ ਲਓ ਮੈਂ ਮਕਾਨ ਖਰੀਦ ਰਿਹਾ ਮੈਂ ਗੱਡੀ ਖਰੀਦ ਰਿਹਾ ਮੈਂ ਮਕਾਨ ਦੀ ਰਿਪੇਅਰ ਕਰਾ ਰਿਹਾ ਮੋਬਲੀ ਖਰੀਦ ਰਿਹਾ ਕੋਈ ਅੱਛਾ ਖਰਚਾ ਦੱਸੋਗੇ ਮੈਂ ਐਸ ਹਸ ਹਫਤਾ ਮੈਨੂੰ ਜ਼ਰੂਰਤ ਹੈ ਤੇ ਮਾਲਕ ਤੁਹਾਡੇ ਤੁਹਾਨੂੰ TFR ਦਿੰਦੇ ਨੇ ਫਿਰ ਜੇ ਤੁਸੀਂ ਪੂਰਾ ਹੀ ਲੈਣਦੇ ਪੂਰਾ ਇੱਕ ਸੂਰਤ ਹੁੰਦੀ ਹੈ ਲੈਣ ਦੀ ਇੱਕ ਜੇ ਤੁਸੀਂ ਕੰਮ ਛੱਡ ਦਿੰਦੇ ਹੋ ਤੇ ਫਿਰ ਵੀ ਤੁਹਾਨੂੰ ਪੂਰਾ ਮਿਲੇਗਾ ਜੇ ਮਾਲਕ ਤੁਹਾਨੂੰ ਕੱਢ ਦਿੰਦਾ ਹੈ ਫਿਰ ਵੀ ਤੁਹਾਨੂੰ ਪੂਰਾ ਮਿਲੇਗਾ ਕੰਮ ਖਤਮ ਹੋ ਗਿਆ ਫਿਰ ਵੀ ਤੁਹਾਨੂੰ ਮੂਰਾ ਮਿਲੇਗਾ ਪੂਰਾ ਕਦ ਮਿਲਦਾ ਹੈ ਮੰਨ ਲਓ ਹੁਣ ਜੁਲਾਈ ਚੱਲ ਰਿਹਾ 2020 ਤੇ ਜੁਲਾਈ ਦੇ ਐਂਡ ਤੱਕ ਮੈਂ ਕੰਮ ਕੀਤਾ ਹੈ ਜੁਲਾਈ ਦੇ ਐਂਡ ਤੱਕ ਮੈਂ ਕੰਮ ਕੀਤਾ ਹੈ ਅਗਸਤ ਦਾ ਮੈਂ ਇੱਕ ਦਿਨ ਕੰਮ ਨਹੀਂ ਕੀਤਾ ਫਿਰ ਅਗਸਤ ਦੀ 15 ਨੂੰ ਜਦ ਮੇਰੇ ਇਸ ਮਹੀਨੇ ਦਾ ਹਿਸਾਬ ਆਵੇਗਾ ਨਾ ਵਿੱਚ ਹੀ TFAR ਦੇ ਪੈਸੇ ਆ ਜਾਣਗੇ ਜੇ ਮੈਂ ਅਗਸਤ ਦੇ 2-4 ਦਿਨ ਲੈ ਲੇਨ ਤੇ ਫਿਰ ਸਮਝੋਗੇ ਤੁਹਾਨੂੰ 2-4 ਦਿਨ ਦੀ ਸੈਲਰੀ ਔਰ ਪਲੱਸ TFAR ਜਿਹੜਾ ਸੈਪਟੈਂਬਰ ਵਿੱਚ ਮਿਲੇਗਾ ਜੇ ਮੈਂ ਜੁਲਾਈ ਦੇ ਵਿੱਚ ਵਿੱਚ ਕੰਮ ਖਤਮ ਕਰ ਦਿਆਂਗਾ ਜਾਂ ਮਾਲਕ ਮੈਨੂੰ ਕੱਢ ਦਿੰਦਾ ਹੈ ਜਾਂ ਸੀ ਕੰਮ ਖਤਮ ਹੋ ਜਾਂਦਾ ਹੈ ਤੇ ਅਗਸਤ ਦੀ 15 ਤੱਕ ਮੈਨੂੰ TFR ਦੇ ਪੈਸੇ ਮਿਲ ਜਾਣਗੇ ਤੇ ਹੁਣ ਅਸੀਂ ਜੀ ਗੱਲ ਕਰੀਏ TFR ਜਿਹੜਾ ਇਹ ਬੁਸਤੇ ਭਾਗੇ ਕਿੱਥੇ ਲਿਖਿਆ ਹੁੰਦਾ ਹੈ ਬੁਸਤੇ ਭਾਗੇ ਜੀ ਪਰ ਮਨਤ ਦਾ ਵੀ ਲਿਖਿਆ ਹੁੰਦਾ ਜਿਵੇਂ ਕਿ ਉੱਤੇ ਤੁਹਾਨੂੰ ਨਜ਼ਰ ਆ ਰਿਹਾ ਹੈ TFR ਦਲਮੇਜ਼ੀ ਤੇ ਬੁਸਤੇ ਭਾਗੇ ਤੇ ਇਹ ਪਰ ਕੋਤਲ ਆਨੋ TFR SAL ਦੀ ਕੋਤਾ ਨਾ ਉਹ ਵੀ ਲਿਖੀ ਹੋਈ ਹੈ ਯਾਨੀ ਕਿ ਇਸ ਸਾਲ ਦਾ 515 ਯੂਰੋ ਸ਼ਰੀਆ 43 ਇਤਦੁਲਾਵਾ ਜੇ ਤੁਸੀਂ ਦੇਖਣਾ ਚਾਹੋ ਤਾਂ ਟੋਟਲ டிਐਫਆਰ ਤੁਹਾਡਾ ਕਿੰਨਾ ਹੋ ਗਿਆ ਪਿਛਲਾ ਸਾਲ ਦਾ ਬਿਲਾ ਕੇ ਤੇ ਕੁੱਦ ਦੇ ਚੌਥੇ ਪੇਜ ਤੇ ਜਾ ਕੇ ਤੁਸੀਂ ਥੱਲੇ ਦੇਖਦੇ ਇੱਥੇ ਇੱਥੇ ਵੀ டிਐਫਆਰ ਦੀ ਰਕਮ ਵਗੈਰਾ ਲਿਖੀ ਹੁੰਦੀ ਹੈ। Tratamento di fineer bordo ਇੱਥੇ ਵੀ டிਐਫਆਰ ਦੀ ਰਿਪੋਰਟ ਲਿਖੀ ਹੁੰਦੀ ਹੈ ਮੁਕੰਮਲ। ਤੇ ਲੋ ਜੀ ਜੇ ਇੱਥੇ ਤੁਹਾਨੂੰ ਜੇ ਤੁਸੀਂ ਮੇਰੇ ਨਾਲ ਹੈ ਉਮੀਦ ਹੈ ਵੀਡੀਓ ਹੈਲਪਰ ਨਹੀਂ ਹੈ ਜੇ ਵੀਡੀਓ ਵਧੀਆ ਲੱਗੇ ਤੇ ਵੀਡੀਓ ਬਾਤੂ ਫਰ ਸ਼ੇਅਰ ਕਰੋ ਕਿ ਬੰਦੇ ਨੂੰ ਪਤਾ ਲੱਗ ਸਕੇ ਆਪਣੇ ਨੂੰ ਕਿ ਉਹਨਾਂ ਦੇ ਪੈਸੇ ਮਾਲਕਾਂ ਵੱਲ ਕਿੰਨੇ ਨੇ। ਮਾਲਕ ਉਹਨਾਂ ਦੇ ਕਿੰਨੇ ਕਰਜ਼ਾਏ تھے۔ ਮੇਰੇ ਕਹਿ ਲਈ ਵੀ ਤੱਕ ਜੱਸ ਦਿਓ ਫੇ ਅਮਨ ਲਾ